ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਅੱਜ ਮੈਂ ਆਪਣੇ ਬਿਰਖ ਫਾਰਮ ਦੇ ਵਿੱਚ ਖੜ੍ਹਾਂ, ਜਿਹੜਾ ਕਿ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਅਤੇ ਤਹਿਸੀਲ ਇਹਦੀ ਫਲੌਰ ਹੈ। ਅਤੇ ਇਹਦੇ ਵਿੱਚ ਜਿਹੜਾ ਖੇਤ ਹੈ, ਇਹਦੇ ਵਿੱਚ ਜੰਗਲ ਦਾ ਸਿਧਾਂਤ ਲਾਗੂ ਕੀਤਾ ਗਿਆ, ਗੰਨੇ ਦੀ ਖੇਤੀ ਦਾ ਕੁਦਰਤੀਕਰਨ ਕੀਤਾ ਗਿਆ, ਯਾਨੀ ਕਿ ਖੇਤੀ ਦਾ ਕੁਦਰਤੀਕਰਨ। ਜਿਹੜੇ ਟਮਾਟਰ ਇਹਦੇ ਵਿੱਚ ਬਿਜਾਈ ਕੀਤੀ ਗਈ ਹੈ, ਇਹ ਤੋਂ ਪਹਿਲਾਂ ਇਹਦੇ ਵਿੱਚ ਫੁੱਲ ਗੋਭੀ ਸੀ, ਉਹਦੀ ਕਟਾਈ ਹੋ ਚੁੱਕੀ ਆ। ਅਤੇ ਇਹਦੇ ਵਿੱਚ ਬੈਂਗਣ ਸੀਗੇ, ਬੈਂਗਣ ਦੀ ਵੀ ਆਪਾਂ ਫਸਲ ਲੈ ਚੁੱਕੇ ਹਾਂ ਇਹਦੇ ਵਿੱਚੋਂ। ਅਤੇ ਉਹ ਤੋਂ ਬਾਅਦ ਜਿਹੜਾ ਹੈਗਾ ਟਮਾਟਰ ਲੱਗਾ, ਟਮਾਟਰ ਜਿਹੜਾ ਇਹਨੂੰ ਅੱਜ 1 ਮਈ ਆ 2024, ਅਤੇ ਇਹਨੂੰ 5 ਮਈ ਨੂੰ 2 ਮਹੀਨੇ ਹੋਣੇ ਆ ਹਜੇ ਟਮਾਟਰ ਲੱਗੇ ਨੂੰ। ਅਤੇ ਇਹਦੀ ਜਿਹੜੀ ਗਰੋਥ ਹੈ ਬਹੁਤ ਜ਼ਿਆਦਾ ਵਧੀਆ ਹੈਗੀ ਹੈ। ਅਤੇ ਜਿਹੜਾ ਸੀਡ ਤੋਂ ਹੀ ਲਗਾਇਆ ਗਿਆ, ਕਿਉਂਕਿ ਕੁਦਰਤੀਕਰਨ ਵਿੱਚ ਸਿਰਫ ਸੀਡ ਤੋਂ ਹੀ ਜਿਹੜੀਆਂ ਫਸਲਾਂ ਲਗਾਈਆਂ ਜਾਂਦੀਆਂ। ਅਤੇ ਇਹਦੇ ਵਿੱਚ ਜਿਹੜਾ ਪਾਣੀ ਹੈ ਬਿਲਕੁਲ ਨੀਵੇਂ ਥਾਂ 'ਤੇ ਰੱਖਿਆ ਜਾਂਦਾ, ਅਤੇ ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਰੱਖ ਕੇ ਤਾਂ ਜਿਹੜਾ ਹੈਗਾ ਫਸਲ ਦਾ ਜਿਹੜੀ ਗਰੋਥ ਆ ਉਹਦੇ ਵਿੱਚ ਬੇਤਹਾਸ਼ਾ ਵਾਧਾ ਹੁੰਦਾ। ਕਿਉਂਕਿ ਜਿਸ ਵੇਲੇ ਆਪਾਂ ਪਾਣੀ ਨੂੰ ਨੀਵੇਂ ਥਾਂ ਰੱਖਦੇ ਹਾਂ, ਤਾਂ ਜਿਹੜਾ ਹੈਗਾ ਜਿਸ ਤਰ੍ਹਾਂ ਕੰਧ ਉੱਤੇ ਸਲਾਬਾ ਕੱਢਦਾ ਹੋਗਾ ਪਾਣੀ ਆ, ਸਾਡੀਆਂ ਫਸਲ ਨੂੰ ਆਪਣੇ ਆਪ ਖਾਦ ਪਾਉਂਦਾ। ਅਤੇ ਜਿੰਨੇ ਵੀ ਇਹਦੇ ਪੱਤੇ ਸੀਗੇ ਫੁੱਲ ਗੋਭੀ ਦੇ, ਉਹ ਖਾਲੀ ਦੇ ਵਿੱਚ ਗਏ ਆ। ਇਸ ਤਰ੍ਹਾਂ ਜਿਹੜਾ ਹੈਗਾ ਬੈਂਗਣ ਦੇ ਪੱਤੇ ਵਗੈਰਾ ਸੀਗੇ ਉਹ ਵੀ ਵਿੱਚ ਗਏ। ਇੱਦਾਂ ਜਿਹੜਾ ਹੈਗਾ ਉਹਦਾ ਸਟੈਮ ਸੀਗੇ ਉਹ ਚੱਕ ਕੇ ਬਾਲਣ ਦੇ ਤੌਰ 'ਤੇ ਵਰਤੇ ਗਏ ਆ। ਇਹਦੇ ਵਿੱਚ ਜਿਹੜਾ ਗੰਨਾ, ਗੰਨੇ ਦੀ ਜਿਹੜੀ ਵਰਾਇਟੀ ਆ 16202 ਹੈਗੀ ਆ, ਅਤੇ ਇਹ ਗੰਨੇ ਦੀ 4x4 ਦੇ ਉੱਤੇ ਬਿਜਾਈ ਕੀਤੀ ਗਈ ਆ, ਕਿਉਂਕਿ ਸੀਡ ਮਲਟੀਪਲਾਈਕੇਸ਼ਨ ਕਰਨੀ ਹੈ ਇਹਦੀ, ਇਸ ਕਰਕੇ ਇਹ 4x4 'ਤੇ। ਉੱਦਾਂ ਵੈਸੇ 8x4 'ਤੇ ਗੰਨਾ ਲਗਾਇਆ ਜਾਂਦਾ। ਅਤੇ ਆਓ ਆਪਾਂ ਜਿਹੜਾ ਖੇਤੀ ਦਾ ਕੁਦਰਤੀਕਰਨ ਕਰਕੇ ਅਤੇ ਉਹਦੇ ਵਿੱਚ ਜੰਗਲ ਦਾ ਸਿਧਾਂਤ ਲਾਗੂ ਕਰਕੇ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤ ਕਰੀਏ, ਅਤੇ ਨਾਲੇ ਆਪਾਂ ਕੁਦਰਤੀ ਸਾਧਨਾਂ ਦਾ ਵੱਡੇ ਪੱਧਰ 'ਤੇ ਬਚਾਅ ਕਰਕੇ ਆਪਣਾ ਜਿਹੜਾ ਭੋਜਨ ਹੈ ਉਹਨੂੰ ਵੀ ਜ਼ਹਿਰ ਮੁਕਤ ਕਰੀਏ, ਅਤੇ ਆਪਾਂ ਜਿਹੜੀ ਖੇਤੀ ਆ ਉਹਨੂੰ ਰਸਾਇਣ ਮੁਕਤ ਕਰਕੇ ਆਪਾਂ ਆਪਣੇ ਆਰਥਿਕਤਾ ਵਿੱਚ ਵਾਧਾ ਕਰ ਲਈਏ, ਤਾਂ ਕਿ ਜਿਹੜਾ ਹੈਗਾ ਸਾਡਾ ਭੋਜਨ ਹੈ ਉਹ ਵੀ ਜ਼ਹਿਰ ਮੁਕਤ ਹੋਵੇ। ਆਓ ਆਪਾਂ ਸਾਰੇ ਰਲ ਕੇ ਇਸ ਪਾਸੇ ਨੂੰ ਮੋੜਾ ਕੱਟੀਏ। ਧੰਨਵਾਦ ਜੀ।